ਪੰਜਾਬ ਹਰਿਆਣਾ ਲਾਈਵ ਨਿਊਜ਼ ਦੇਖ ਰਹੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਹਰਮਨਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ ਪੰਜਾਬ ਹਰਿਆਣਾ ਲਾਈਵ ਦੀ ਟੀਮ ਟੀਮ ਅੱਜ ਪਹੁੰਚੀ ਹੈ ਜੀ ਪੁਲਿਸ ਥਾਣਾ ਵਿਆਸ ਵਿਕੇ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਪੁਨਰਛ ਜੋ ਟੀਮ ਹੈ ਸੁਮੱਚੀ ਟੀਮ ਹੈ ਇੱਥੇ ਮੌਜੂਦ ਹੈ ਜਿਨ੍ਹਾਂ ਵਿੱਚ ਜ਼ਿਲ੍ਹਾ ਅਧਿਆਤੀ ਪ੍ਰਧਾਨ ਸਰਦਾਰ ਹਰਮਨ ਸਿੰਘ ਜੀ ਉਮਰਾਂ ਨੰਗਲ ਸਰਦਾਰ ਜਿੰਦਰ ਸਿੰਘ ਜੀ ਸੋਤਾ ਆਮ ਆਦਮੀ ਪਾਰਟੀ ਦੇ ਵਾਈਸ ਪ੍ਰਧਾਨ ਜ਼ਿਲ੍ਹਾ ਦਿਆਤੀ ਅਤੇ ਕਿਸਾਨ ਸੈੱਲ ਦੇ ਦਿਆਤੀ ਪ੍ਰਧਾਨ ਸਰਦਾਰ ਰੇਸ਼ਮ ਸਿੰਘ ਜੀ ਬਾਬਾ ਬਕਾਲਾ ਸਾਹਿਬ ਸੋ ਜਾਣਦੇ ਹਾਂ ਸਰਦਾਰ ਗੁਜਨ ਸਿੰਘ ਸਥਿਆਲਾ ਦੇ ਪਾਸੋਂ ਕਿ ਉਹਨਾਂ ਦੇ ਵਿਚਾਰ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਥੇਦਾਰ ਰੇਸ਼ਮ ਸਿੰਘ 77 ਜ਼ਿਲ੍ਹਾ 77 ਕਿਸਾਨ ਵਿੰਗ ਮੇਰੇ ਨਾਲ ਖੜੇ ਨੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਹਰਵੰਦ ਸਿੰਘ ਜੀ ਉਮਰਾਂ ਨੰਗਲ ਅਤੇ ਨਾਲ ਹੀ ਖੜੇ ਨੇ ਸਰਦਾਰ ਰਜਿੰਦਰ ਸਿੰਘ ਸੋਹਤਾ ਜ਼ਿਲ੍ਹਾ ਵਾਈਸ ਪ੍ਰਧਾਨ ਐਸੀ ਵਿੰਗ ਦੇ ਅਸੀਂ ਸਾਰੇ ਇਹ ਬੇਨਤੀ ਕਰ ਰਹੇ ਆ ਕਿ ਜੋ ਕਾਨਫਰੰਸ ਅਸੀਂ ਰਖੜ ਪੁੰਨਿਆ ਦੇ ਮੇਲੇ ਤੇ ਕਰਨ ਜਾ ਰਹੇ ਸੀ ਉਸ ਕਾਨਫਰੰਸ ਦੀ ਸਾਰੀ ਜ਼ਿੰਮੇਵਾਰੀ ਹਰਵੰਦ ਸਿੰਘ ਉਮਰਾਂ ਨੰਗਲ ਨੂੰ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਤੋਂ ਸਪੈਸ਼ਲ ਕਾਨਫਰੰਸ ਕਾਲ ਕਰਕੇ ਦਿੱਤੀ ਹੋਈ ਸੀ ਜੀ ਫਿਰ ਸਰਦਾਰ ਹਰਵੰਦ ਸਿੰਘ ਜੀ ਉਹਨਾਂ ਨੇ ਅਤੇ ਹੋਰ ਕਿਸਾਨ ਵਿੰਗ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਵਿਚਾਰ ਵਟਾਂਦਰਾ ਕਰਨ ਦੇ ਉਪਰੰਤ ਸਾਰੇ ਕਿਸਾਨਾਂ ਦਾ ਸੁਝਾਅ ਲੈਣ ਦੇ ਉਪਰੰਤ ਕਿ ਇਹ ਸਾਨੂੰ ਰੈਲੀ ਨਹੀਂ ਕਰਨੀ ਚਾਹੀਦੀ ਅਸੀਂ ਕਿਸਾਨਾਂ ਦੇ ਹੱਕ ਵਿੱਚ ਸਾਰੀਆਂ ਮੀਟਿੰਗਾਂ ਪੂਰੇ ਹਲਕੇ ਦੇ ਵਿੱਚ ਕੀਤੀਆਂ ਸਰਦਾਰ ਹਰਵੰਦ ਸਿੰਘ ਨੇ ਤੇ ਇਹੀ ਫੈਸਲਾ ਲਿਆ ਗਿਆ ਕਿ ਇਹ ਰੈਲੀ ਅਸੀਂ ਨਹੀਂ ਕਰਾਂਗੇ ਤੇ ਚੰਗੀ ਤਰ੍ਹਾਂ ਇਸ ਦੇ ਬਾਰੇ ਚਾਣਨਾ ਸਰਦਾਰ ਹਰਵੰਦ ਸਿੰਘ ਜੀ ਉਮਰਾ ਨੰਗਲ ਜੀ ਪਾਉਣਗੇ ਜੋ ਸਾਡੇ ਨਾਲ ਹੀ ਖੜੇ ਨੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸਰਦਾਰ ਹਰਵੰਦ ਸਿੰਘ ਜੀ ਉਮਰਾ ਨੰਗਲ ਸੋ ਮੈਂ ਜਾਨਣਾ ਚਾਹਾਂਗਾ ਸਰਦਾਰ ਹਰਵੰਦ ਸਿੰਘ ਜੀ ਉਮਰਾਂਗਲ ਪਾਸੋਂ ਕਿ ਕੀ ਵਿਚਾਰ ਨੇ ਆਪ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਕੋਲ ਪਹੁੰਚੇ ਨੇ ਮੈਂ ਹਰਵੰਦ ਸਿੰਘ ਉਮਰਾਂਗਲ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਅਸੀਂ ਜੋ ਰਖੜ ਪੁੰਨਿਆ ਬਾਬਕਾਲਾ ਸਾਹਿਬ ਤੇ ਜੋ ਮੇਲਾ ਲੱਗਦਾ ਉੱਥੇ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ ਪਿਛਲੇ ਸਾਲਾਂ ਤੋਂ ਹਰ ਸਾਲ ਕਾਨਫਰੰਸਾਂ ਹੁੰਦੀਆਂ ਨੇ ਤਾਂ ਇਸ ਵਾਰ ਅਸੀਂ ਜੋ ਕਾਲੇ ਕਾਨੂੰਨ ਪਾਸ ਕੀਤੇ ਨੇ ਇਹਨਾਂ ਸੈਂਟਰ ਗਵਰਨਮੈਂਟ ਨੇ ਉਹਦੇ ਅਸੀਂ ਖਿਲਾਫ ਹਾਂ ਉਹ ਕਾਲੇ ਕਾਨੂੰਨ ਤਿੰਨੋ ਜਿਹੜੇ ਕਾਲੇ ਕਾਨੂੰਨ ਨੇ ਉਹ ਸਰਕਾਰ ਵਾਪਸ ਲਵੇ ਔਰ ਉਸ ਮੁੱਦੇ ਨੂੰ ਦੇਖਦੇ ਆ ਅਸੀਂ ਐ ਸਵਾਰ ਸਭ ਤੋਂ ਪਹਿਲ ਕੀਤੀ ਆ ਆਮ ਆਦਮੀ ਪਾਰਟੀ ਨੇ ਕਿ ਜੋ ਸਿਆਸੀ ਕਾਨਫਰੰਸ ਸਾਡੀ ਆਮ ਆਦਮੀ ਪਾਰਟੀ ਦੀ ਉਹ ਅਸੀਂ ਰੱਦ ਕਰਦੇ ਆ ਔਰ ਅਸੀਂ ਦੋ ਤਿੰਨ ਦਿਨ ਪਹਿਲਾਂ ਫੈਸਲਾ ਲੈ ਚੁੱਕੇ ਆ ਸਾਰਿਆਂ ਨਾਲ ਸਲਾਹ ਕਰਕੇ ਕਿ ਇਹ ਜੋ ਸਿਆਸੀ ਕਾਨਫਰੰਸ ਆ ਇਹ ਅਸੀਂ ਪਵਕਲਾ ਸਾਹਿਬ ਨਹੀਂ ਕਰਾਂਗੇ ਅਸੀਂ ਉਦਾਂ ਕੋਈ ਨਾ ਕੋਈ ਈਵੈਂਟ ਉੱਥੇ ਕਰਾਂਗੇ ਔਰ ਇੱਕ ਅੱਡੇ ਦੇ ਇੱਕ ਅੱਜ ਜਾਂ ਕੱਲ੍ਹ ਤੱਕ ਤੁਹਾਨੂੰ ਦੱਸ ਦਿਆਂਗੇ ਕਿ ਅਸੀਂ ਕੀ ਕਰਨਾ ਜੀ ਜੀ ਕੋਈ ਕੁਝ ਵੀ ਕਰ ਸਕਦੇ ਆ ਆ ਪਾਰਟੀ ਵੱਲੋਂ ਜੋ ਵੀ ਹਦੇਸ਼ ਹੋਊਗਾ ਸ਼ਬੀਲ ਲਾਤੀ ਜਾਂ ਕੋਈ ਕੈਂਪ ਮੁਦਾਲ ਲਾਂਗੇ ਜਾਂ ਕੋਈ ਸੇਵਾ ਕਰਨ ਦਾ ਕੋਈ ਕਦਮ ਚੁੱਕ ਲਾਂਗੇ ਇਹੋ ਜਿਹਾ ਕਦਮ ਚੁੱਕ ਕੇ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਰੈਲੀ ਜਿਹੜੀ ਆ ਰੱਦ ਕਰਦੇ ਹਾਂ ਧੰਨਵਾਦ ਧੰਨਵਾਦ ਜੀ ਸੋ ਮੈਂ ਜਾਣਨਾ ਚਾਹਾਂਗਾ ਸਰਦਾਰ ਜਿੰਦਰ ਸਿੰਘ ਜੀ ਸੋਤਾ ਹਣਾ ਪਾਸੋਂ ਕਿ ਕੀ ਕਹਿਣਾ ਚਾਹੁੰਦੇ ਨੇ ਉਹ ਵੇਖੋ ਜੀ ਸਾਡੇ ਸਰਦਾਰ ਹਰਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਦੇ ਹਾਤੀ ਤੇ ਜੈਸੇਦਾਰ ਰੇਸ਼ਮ ਸਿੰਘ ਸਖਤਰ ਕਿਸਾਨ ਵਿੰਗ ਉਹਨਾਂ ਨੇ ਆਪ ਜੀ ਨੂੰ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਦੱਸਿਆ ਕਿ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੇਨ ਜਿਹੜੇ ਤਿੰਨ ਕਾਲੇ ਕਾਨੂੰਨ ਭਾਜਪੀ ਸਰਕਾਰ ਦੁਆਰਾ ਕੇਂਦਰ ਦੇ ਵਿੱਚ ਜੋ ਪਾਸ ਕੀਤੇ ਗਏ ਆ ਉਹਨਾਂ ਨੂੰ ਲੈ ਕੇ ਅਸੀਂ ਇਹ ਰੈਲੀ ਜਿਹੜੀ ਆ ਉਹ ਕੈਨਸਲ ਕਰ ਰਹੇ ਆ ਜੀ ਤੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਵੀ ਸਾਡੇ ਪ੍ਰਧਾਨ ਸਾਹਿਬ ਵੱਲੋਂ ਜਾਂ ਹਾਈ ਕਮਾਂਡ ਵੱਲੋਂ ਹੁਕਮ ਹੋਊਗਾ ਜਿਹੜਾ ਵੀ ਇਵੈਂਟ ਰੱਖਣਗੇ ਉਹਦੇ ਵਿੱਚ ਵੱਧ ਚੜ ਕੇ ਹਿਸਾ ਲਵਾਂਗੇ ਧੰਨਵਾਦ ਜੀ ਸੋ ਮੈਂ ਹੁਣ ਸਭ ਦਾ ਸਰਪੰਚ ਸਰਦਾਰ ਮੋਹਨ ਸਿੰਘ ਜੀ ਮੋਲਾ ਜੀ ਕੋਲ ਆ ਜਾਵਾਂਗਾ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੀ ਆਮ ਪਾਰਟੀ ਹੈ ਜੀ ਜੋ ਫੈਸਲਾ ਲਿਆ ਸਾਰਿਆਂ ਨੇ ਮਨਜ਼ੂਰ ਕੀਤਾ ਹੈਗਾ ਜੀ ਕਿਸਾਨ ਕਿਸਾਨਾਂ ਕਰਕੇ ਅਸੀਂ ਕੈਨਸਲ ਕਰ ਰਹੇ ਹਾਂ ਰੈਲੀ ਬਹੁਤ ਵੱਖਰੀ ਹੈ ਵੱਖਰੀ ਸਾਰਿਆਂ ਤੋਂ ਤੇ ਇਹੋ ਹੀ ਮੈਂ ਕਹਿਣਾ ਚਾਹੁੰਦਾ ਜੀ ਧੰਨਵਾਦ ਜੀ ਇਹ ਸਨ ਸਮੁੱਚੀ ਲੀਡਰਸ਼ਿਪ ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਜਿਨ੍ਹਾਂ ਨੇ ਕੀ ਦੱਸਿਆ ਕਿ ਸਵਾਰ ਰਖੜ ਪੁੰਨਿਆ ਦੇ ਮੇਲੇ ਤੇ ਰੈਲੀ ਨਹੀਂ ਕੀਤੀ ਜਾਵੇਗੀ ਸੋ ਕੈਮਰਾਮੈਨ ਰਾਵਲ ਪ੍ਰੀਤ ਦੇ ਨਾਲ ਹਰਮਿੰਦਰ ਗੇਲ